इस समय पंजाब विच साडे परिवार की जो भी हैसियत है ये सब लोगों की देन है ते लोगों के इस प्यार का कोई मुल नहीं दिता जा सकता। इन्हां शब्दों का प्रगटावा पटियाला तो लोग सभा मैंबर महाराणी परनीत कौर ने मीटिंग नूं संबोधन करदिया कीता। उन्हां हल्के दे पिंड राजू माजरा विच कम्यूनिटी सेंटर का नींह पत्थर भी रख्या। देखो विचार चर्चा जिहड़े कम होंदे ने विकास दे उह तां कदी मुकदे नहीं। अज मैं इत्थे आई हाँ क्योंकि इस पिंड की यह मंग सीगी कि सानू कम्यूनिटी सेंटर चाहिए। एमपीलैड 2-2.5 साल बंद रहा, हुण शुरू होया 6 महीने पहले कोरोना कारण, क्योंकि असी सारा पैसा जिहड़ा सी ਉਹ ਪੀਐਮ ਕੋਰੋਨਾ ਫੰਡ 'ਚ ਪਾਤਾ ਸੀ। ਹੁਣ ਇਹ ਫਿਰ ਸ਼ੁਰੂ ਹੋਇਆ ਤਾਂ ਇਹਦੇ ਵਿੱਚੋਂ 34 ਲੱਖ ਰੁਪਇਆ ਇਹਨਾਂ ਦੇ ਕਮਿਊਨਿਟੀ ਸੈਂਟਰ ਦਾ ਜੋ ਐਸਟੀਮੇਟ ਬਣ ਕੇ ਆਇਆ ਸੀ ਉਸਦੇ ਲਈ ਦਿੱਤਾ। ਔਰ ਖੁਸ਼ੀ ਹੋਈ ਹੈ ਮੈਨੂੰ ਕਿ ਅੱਜ ਨੀਂਹ ਪੱਥਰ ਧਰਿਆ ਗਿਆ ਔਰ ਇਹ ਸੈਂਟਰ ਬਣੂਗਾ, ਸਹੂਲੀਅਤ ਮਿਲੂਗੀ ਸਾਰੇ ਲੋਕਾਂ ਨੂੰ ਇੱਥੇ ਪਿੰਡ 'ਚ। ਮੈਮ 2024 ਦੀ ਤਿਆਰੀ ਹੈ ਜੀ ਫਿਰ ਇਲੈਕਸ਼ਨ ਦੀ? ਦੇਖੋ ਕਿਸੇ ਪੋਲੀਟੀਸ਼ਨ ਦੀ ਤਿਆਰੀ ਕਦੀ ਖਤਮ ਨਹੀਂ ਹੁੰਦੀ ਔਰ ਜਿੰਨੀ ਦੇਰ ਜ਼ਿੰਮੇਵਾਰੀ ਹੈਗੀ ਹੈ ਐਮਪੀ ਦੀ ਮੇਰੇ ਉੱਤੇ, ਮੈਂ ਜ਼ਰੂਰ ਪੂਰੀ ਕੰਮ ਕਰਦੀ ਰਹੂੰਗੀ। ਬਾਕੀ ਪਾਰਟੀ ਹਾਈ ਕਮਾਂਡ ਦੇ ਉੱਤੇ ਹੋਊਗਾ ਉਸ ਟਾਈਮ ਕਿ ਕਿਸ ਨੂੰ ਟਿਕਟ ਦੇਣਗੇ ਔਰ ਤਿਆਰੀ ਤਾਂ ਸਾਡੀ ਹਰ ਵਕਤ ਹੀ ਰਹਿੰਦੀ। ਮੈਮ ਜਿਵੇਂ ਸਿਆਸੀ ਚਿਹਰਿਆਂ 'ਚ ਫਿਰ ਬਦਲ ਹੋਇਆ ਪਿੱਛੇ ਜੇ ਕਾਂਗਰਸ ਗਵਰਨਮੈਂਟ ਦੇ ਵਿੱਚ ਵੀ, ਜਿਹੜਾ ਤੁਸੀਂ 2024 'ਚ ਇਲੈਕਸ਼ਨ ਲੜੋਗੇ ਉਹ ਕਾਂਗਰਸ ਤੋਂ ਹੀ ਲੜੋਗੇ ਫਿਰ? ਉਹ ਟਾਈਮ 'ਤੇ ਤੁਹਾਨੂੰ ਦੱਸਾਂਗੇ ਜੀ, ਹਾਲੇ ਤਾਂ ਮੈਂ ਕਾਂਗਰਸ ਦੇ ਵਿੱਚ ਹੀ ਹਾਂ। ਠੀਕ ਹੈ। ਅਤੇ ਮੈਡਮ ਇੱਕ ਸੀ ਜਿਹੜਾ ਆਪਣਾ ਤੁਹਾਡਾ ਚਿਹਰਾ ਜਿਹੜਾ ਜੀ ਬਹੁਤ ਨਰਮ ਦਿਲ ਚਿਹਰਾ ਹੈ ਅਤੇ ਲੋਕ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਮਤਲਬ ਜਾਣੂ ਕਰਦੇ ਨੇ, ਹਲਕੇ 'ਚ ਵਿਸ਼ਵਾਸ ਵੀ ਬਹੁਤ ਹੈ ਲੋਕਾਂ ਦਾ ਤੁਹਾਡੇ ਕੋਲ, ਹਲਕੇ 'ਚ ਇੱਕ ਨਾ ਪ੍ਰਦੂਸ਼ਣ ਦੀ ਅਤੇ ਇੱਕ ਜਿਹੜਾ ਡੇਰਾਬਸੀ ਖੇਤਰ ਹੈ ਨਾ ਉਹ ਬਹੁਤ ਵੱਡਾ ਬਣ ਚੁੱਕਿਆ ਹੈ ਜੀ। ਉੱਥੇ ਇੱਕ ਸਰਕਾਰੀ ਕਾਲਜ ਹੈ, ਲੋਕਾਂ ਦੀ ਮੰਗ ਹੈ ਕਿ ਕੁੜੀਆਂ ਦਾ ਕੋਈ ਇੱਕ ਨਾ ਕਾਲਜ, ਉਸ ਬਾਰੇ ਬਹੁਤ ਮੰਗ ਹੈ। ਇਹ ਜਿਹੜਾ ਇਹ ਜਿਹੜੀ ਮੰਗ ਹੈ ਨਾ ਇਹ ਮੈਨੂੰ ਦੁੱਖ ਹੁੰਦਾ, ਇਹ ਬਹੁਤ ਪੁਰਾਣੀ ਮੰਗ ਹੈ ਕਿ ਇਹ ਮੈਂ ਹਾਲੇ ਤੱਕ ਪੂਰੀ ਨਹੀਂ ਕਰ ਸਕੀ ਕਿਉਂਕਿ ਕੰਪੈਰੀਟਿਵਲੀ ਸਾਡਾ ਹਲਕਾ ਕਾਫੀ ਵੱਡਾ ਹੋ ਗਿਆ ਨਾ। ਹਾਂਜੀ ਬਹੁਤ ਵੱਡਾ ਹੋ ਗਿਆ, ਇੱਕ ਚੱਲਿਆ ਵੀ ਸੀ ਡੇਰਾਬਸੀ 'ਚ, ਜਗ੍ਹਾ ਵੀ ਸੀਗੀ ਕਿ ਅਸੀਂ ਸ਼ੁਰੂ ਕਰੀਏ ਪਰ ਕਿਸੇ ਕਾਰਨ ਉਹ ਫਿਰ ਸਿਰੇ ਨਹੀਂ ਚੜਿਆ। ਇਸ ਨੂੰ ਮੈਂ ਟੇਕ ਅਪ ਕਰੂੰਗੀ, ਕੋਸ਼ਿਸ਼ ਮੈਂ ਆਪਣੇ ਵੱਲੋਂ ਪੂਰੀ ਕਰੂੰਗੀ। ਸਭ ਤਹਿਸੀਲ ਤੁਸੀਂ ਇਹਦਾ ਇੱਕ ਮੈਨੂੰ ਜੇ ਮੈਂ ਪੁੱਛੂੰਗੀ ਆਪਣੇ ਰੈਪ੍ਰੈਜੈਂਟੇਸ਼ਨ ਦੇਣ ਤਾਂ ਜ਼ਰੂਰ ਮੈਂ ਚੀਫ ਮਿਨਿਸਟਰ ਤੱਕ ਪੁੱਛਵਾ ਦੂੰਗੀ, ਮੈਂ ਆਪ ਜਾ ਕੇ ਦੇ ਆਊਂਗੀ। ਮੈਮ ਜਿਵੇਂ ਰਾਜੂ ਮਾਜਰਾ ਤੁਸੀਂ ਉਦਘਾਟਨ ਕੀਤਾ ਕਮਿਊਨਿਟੀ ਸੈਂਟਰ ਦਾ, ਹੁਣ ਇਹ ਲੜੀ ਹਲਕੇ ਲਈ ਸ਼ੁਰੂ ਕੀਤੀ ਹੈ ਵੀ ਡਿਵੈਲਪਮੈਂਟ ਦੀ? ਦੇਖੋ ਮੇਰੇ ਤੋਂ ਜੋ ਵੀ ਡਿਵੈਲਪਮੈਂਟ ਹੋ ਸਕੇਗੀ ਕਰਾਂਗੇ, ਪਰ ਅੱਜ ਦੁੱਖ ਦੀ ਗੱਲ ਹੈ ਕਿ ਜਿਹੜੀ ਪੰਚਾਇਤਾਂ ਨੇ ਕੰਮ ਵੀ ਕੀਤਾ ਹੈ ਉਹ 10 ਸਾਲ ਦਾ ਰਿਕਾਰਡ ਇਹ ਹੁਣ ਫਰੋਲ ਕੇ ਉਸ ਕੰਮ ਨੂੰ ਅੱਗੇ ਨਹੀਂ ਜਾਣ ਦਿੰਦੇ। ਆਪਣੀਆਂ ਤਰੱਕੀਆਂ ਤਾਂ ਬਹੁਤ ਕਹਿ ਰਹੇ ਨੇ ਕਿ 100-200 ਦਿਨਾਂ 'ਚ ਅਸੀਂ ਇਹ ਕਰ ਲਿਆ ਵੋ ਕਰ ਲਿਆ, ਪਰ ਸਵਾਏ ਹੈਰੇਸਮੈਂਟ ਦਾ ਇਹਨਾਂ ਨੇ ਮੈਨੂੰ ਤਾਂ ਲੱਗਦਾ ਕੋਈ ਡਿਵੈਲਪਮੈਂਟ ਹੋਈ ਨਹੀਂ। ਔਰ ਇਹ ਨਿੰਦਾ ਮੈਂ ਕਰਦੀ ਹਾਂ ਕਿ ਸਾਰੇ ਪੰਜਾਬ ਦੇ ਸਰਪੰਚ ਜਿਹੜੇ ਇਲੈਕਟਿਡ ਸਰਪੰਚ ਹੈ ਜਿਨ੍ਹਾਂ ਦੇ ਵਿੱਚ ਪਿੰਡਾਂ ਦਾ ਵਿਸ਼ਵਾਸ ਹੈਗਾ ਉਹਨਾਂ ਲੋਕਾਂ 'ਚ, ਉਹਨਾਂ ਦੇ ਹੁਣ ਪਿਛਲੇ ਖਾਤੇ ਖੋਲ੍ਹ ਰਹੇ ਨੇ ਵੀ ਹਲੇ ਥੋੜ੍ਹਾ ਟਾਈਮ ਹੈਗਾ, ਇਹਨਾਂ ਨੂੰ ਕੰਮ ਕਰਨ ਦਿਓ, ਇਹਨਾਂ ਨੂੰ ਹੋਰ ਗ੍ਰਾਂਟ ਦਿਓ ਕਿ ਇਹ ਕੰਮ ਕਰਕੇ ਇਸ ਗ੍ਰਾਂਟ ਦੀ ਜਿਹੜੀ ਦਿਓਗੇ ਇਹਦਾ ਤੁਸੀਂ ਲੇਖਾ ਜੇਖਾ ਪੁੱਛ ਲਓ। ਮੌਜੂਦਾ ਸਰਕਾਰ ਜਿਹੜਾ ਹੈ ਜੀ ਉਸਦਾ ਰੋਲ ਅਤੇ ਦੂਜੇ ਸੂਬਿਆਂ 'ਚ ਜਿਹੜੀ ਉਸਦੀ ਹੱਦੋਂ ਵੱਧ ਦਖਲ ਅੰਦਾਜ਼ੀ ਹੈ ਉਸ ਬਾਰੇ ਕੋਈ ਟਿੱਪਣੀ? ਕਿਹੜਾ ਮੌਜੂਦਾ ਸਰਕਾਰ ਹੈ ਜੀ ਜਿਹੜੀ ਉਹਦਾ ਹੁਣ ਤੱਕ ਦਾ ਜਿਹੜਾ ਕੀ ਹੈ ਰਵੱਈਆ, ਯੋਗਦਾਨ ਕੀ ਹੈ ਅਤੇ ਦੂਜੇ ਸੂਬਿਆਂ 'ਚ ਜਿਹੜੀ ਉਹ ਹੱਦੋਂ ਵੱਧ ਦਖਲ ਅੰਦਾਜ਼ੀ ਕਰ ਰਹੀ ਹੈ ਜੋ ਚੋਣ ਪ੍ਰਚਾਰ 'ਚ ਲਗਾਤਾਰ ਲੱਗੇ ਹੋਏ ਪੰਜਾਬ ਦਾ, ਉਸ ਬਾਰੇ ਕੋਈ ਕਹਿਣਾ ਚਾਹੋਗੇ? ਨਹੀਂ ਇਹਦੇ ਉੱਤੇ ਮੈਂ ਇੰਨਾ ਕਹਿਣਾ ਚਾਹੁੰਦੀ, ਇੱਕ ਸਿਆਸੀ ਪਾਰਟੀ ਹੈ, ਠੀਕ ਸਿਆਸੀ, ਹਰ ਇੱਕ ਸਿਆਸੀ ਪਾਰਟੀ ਸਾਰੇ ਜਿੱਥੇ ਵੀ ਜਾਣ ਆਪਣਾ ਜ਼ਰੂਰ ਚੋਣ ਪ੍ਰਚਾਰ ਕਰਦੇ ਨੇ, ਉਹਨਾਂ ਦਾ ਇਹ ਇੱਕ ਲੋਕਤੰਤਰ ਹੱਕ ਹੈ। ਇਸ ਪਾਰਟੀ ਦਾ ਵੀ, ਇਸ ਗਵਰਨਮੈਂਟ ਦਾ ਵੀ ਇਹ ਹੱਕ ਹੈ ਕਿ ਜਿੱਥੇ ਮਰਜ਼ੀ ਜਾ ਕੇ ਆਪਣਾ ਇਹ ਵਾਅਦਾ ਕਰਨ, ਜੋ ਮਰਜ਼ੀ ਕਰਨ, ਪਰ ਇਸ ਗੱਲ ਦੀ ਮੈਂ ਨਿੰਦਾ ਕਰਦੀ ਹਾਂ ਕਿ ਇਹਨਾਂ ਨੇ ਜੋ ਪੰਜਾਬ ਦਾ ਪੈਸਾ 700 ਕਰੋੜ ਰੁਪਇਆ, ਜਦ ਪੰਜਾਬ ਦੀ ਮਾਲੀ ਹਾਲਤ ਬਹੁਤ ਬੁਰੀ ਹੈ, ਪੰਜਾਬ ਦੀ ਕੁੜਕੀ ਹੋਈ ਹੋਈ ਹੈ ਕਿ ਇਹ ਇਸ ਗੱਲ ਨੂੰ ਸਾਡਾ ਪੈਸਾ ਕਿਸੇ ਹੋਰ ਰਾਜ 'ਚ ਲੈ ਕੇ ਜਾਣ, ਇਹ ਗਲਤ ਗੱਲ ਹੈ। ਜ਼ੀਰਕਪੁਰ ਤੋਂ ਹੈਪੀ ਪੰਡਵਾਲਾ ਦੀ ਰਿਪੋਰਟ।